ਹੈ ਜਿਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਜਨੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ ਮੇਰੀ 10 ਸਾਲ ਦੀ ਬੇਟੀ ਹੈ ਮੇਰੀ ਮੈਰਿਜ ਹਰਿਆਣਾ 'ਚ ਹੋਈ ਸੀ ਪਰ ਕਿਸੇ ਕਾਰਨ ਮੈਂ ਆਪਣੀ ਬੇਟੀ ਨਾਲ ਲੁਧਿਆਣੇ ਹੀ ਰਹਿ ਰਹੀ ਪਹਿਲਾਂ ਤਾਂ ਮੈਨੂੰ ਹਰਿਆਣਵੀ ਕੁਛ ਸੁਣਾਓ ਹਰਿਆਣਵੀ ਡਾਇਲੋਗ ਕੋਈ ਗਾਣਾ ਕੁਛ ਵੀ ਹਰਿਆਣਵੀ ਸੁਣਨਾ ਚਾਹੋਗਾ ਮੈਨੂੰ ਹਰਿਆਣਵੀ ਜਿਹੜੀ ਲੈਂਗੁਏਜ ਹੈ ਮੈਨੂੰ ਬਹੁਤ ਮਿੱਠੀ ਲੱਗਦੀ ਹੈ ਸੋ ਡੈਫਨਿਟਲੀ ਮੈਂ ਕੁਛ ਸੁਣਨਾ ਚਾਹੂੰਗਾ ਹਰਿਆਣਵੀ ਲੈਂਗੁਏਜ ਦੇ ਵਿੱਚ ਸੋਰੀ ਸਰ ਮੈਂ ਪੰਜਾਬ ਤੋਂ ਹੀ ਬਿਲੋਂਗ ਕਰਦੀ ਹਾਂ ਮੈਂ ਹਰਿਆਣਵੀ ਮੈਰਿਜ ਜ਼ਰੂਰ ਹੋਈ ਸੀ ਪਰ ਮੈਂ ਉੱਥੇ ਥੋੜ੍ਹਾ ਟਾਈਮ ਹੀ ਰਹੀ ਹਾਂ ਠੀਕ ਹੈ ਜ਼ਿਆਦਾ ਦੇਰ ਨਹੀਂ ਰਹੀ ਚਲੋ ਫਿਰ ਪੰਜਾਬ ਤੁਸੀਂ ਬਿਲੋਂਗ ਕਰਦੇ ਹੋ ਜੇ ਤੁਸੀਂ ਸ਼ਰਾਰਾ ਪਾਇਆ ਹੈ ਨਾ ਸ਼ਰਾਰੇ 'ਚ ਵੀ ਬੋਲੀ ਸੁਣਾ ਸਕਦੇ ਹੋ ਕਮਰਵੀਰ ਨੇ ਗਾਣ ਨੂੰ ਮੈਂ ਵੀ ਗਾਣ ਦੇ ਰਿਲੇਟਿਡ ਕੁਐਸਚਨ ਪੁੱਛ ਰਿਹਾ ਸੀ ਪੰਜਾਬੀ ਸ਼ਰਾਰੇ 'ਚ ਵੀ ਬੋਲੀ ਤੁਸੀਂ ਨਾ ਇਹਨਾਂ ਨੂੰ ਪੁੱਛਿਆ ਕਰੋ ਕਿ ਜਿਹੜੇ ਕੁਐਸਚਨ ਪੁੱਛ ਰਹੇ ਉਹਦਾ ਆਨਸਰ ਤੁਹਾਡੇ ਕੋਲ ਹੈਗਾ ਅੱਛਾ ਹੋਰ ਕਿਸੇ ਨੂੰ ਸ਼ਰਾਰੇ 'ਚ ਬੋਲੀ ਹੋਗੀ ਹੋਏ ਸੁਣਾਓ ਚਲੋ ਬੋਨਸ ਪੁਆਇੰਟ ਲਈ ਚਰਖੇ ਨੂੰ ਚੱਕ ਲੈ ਤਰਿੰਜਣਾ ਜੋ ਛੇਤੀ ਛੇਤੀ ਚਰਖੇ ਨੂੰ ਚੱਕ ਲੈ ਤਰਿੰਜਣਾ ਨੂੰ ਛੇਤੀ ਛੇਤੀ ਚੱਕ ਚੱਕ ਲੈ ਨੀ ਚੱਕਿਆ ਨਾ ਜਾਵੇ ਨੀ ਰੇਸ਼ਮੀ ਸ਼ਰਾਰੇ ਵਾਲੀਏ ਆਹੀ ਮੈਨੂੰ ਆਉਂਦੀ ਸੀ ਮੈਂ ਵੀ ਆਹੀ ਸੁਣਾਉਣ ਲੱਗਾ ਮੈਨੂੰ ਇੱਕ ਵੈਰੀ ਗੁੱਡ ਵੈਰੀ ਗੁੱਡ ਅਤੇ ਅੱਛਾ ਸਮਿਤੀ ਮੈਮ ਤੁਸੀਂ ਕੋਈ ਕੁਐਸਚਨ ਪੁੱਛਣਾ ਮੈਮ ਤੁਸੀਂ ਕਹਿ ਰਹੇ ਸੀ ਕਿ ਮੈਂ ਆਪਣੀ ਬੇਟੀ ਦੇ ਨਾਲ ਲੁਧਿਆਣਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੋਰੀ ਪਰਸਨਲ ਹੈ ਬਟ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੂੰਗੀ ਤੁਸੀਂ ਕਹਿ ਸੀ ਆਪਣੀ ਬੇਟੀ ਦੇ ਨਾਲ ਮੈਂ ਲੁਧਿਆਣਾ ਰਹਿ ਰਹੀ ਹਾਂ ਤੁਸੀਂ ਆਪਣੇ ਬੇਟੀ ਨਾਲ ਸਿੰਗ ਮਤਲਬ ਤੁਸੀਂ ਸਿੰਗਲ ਮਦਰ ਹੋ ਮੈਂ ਨਹੀਂ ਮੇਰੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੀ ਡੈਥ ਨੂੰ 8 ਸਾਲ ਹੋ ਚੁੱਕੇ ਹੈ ਅੱਛਾ ਤੇ ਮੈਂ ਆਪਣੀ ਬੇਟੀ ਨਾਲ ਹੀ ਬਸ ਲੁਧਿਆਣੇ ਰਹਿ ਰਹੀ ਮੈਂ ਤੁਹਾਨੂੰ ਬਹੁਤ ਆਪਣੇ ਪਾਪਾ ਦੇ ਕੋਲ ਸੋਰੀ ਮੈਂ ਮਤਲਬ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਲੱਗਿਆ ਸ਼ਾਇਦ ਕੋਈ ਹੋਰ ਮਤਲਬ ਗੱਲ ਹੈ ਬਟ ਮੈਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੂੰਗੀ ਮੈਂ ਤੁਹਾਨੂੰ ਦੱਸਿਆ ਮੇਰੀ ਮੈਰਿਜ ਹਰਿਆਣੇ 'ਚ ਹੋਈ ਸੀ ਪਰ ਮੈਂ ਕੁਛ ਕਾਰਨਾਂ ਕਾਰਨ ਉਹਨਾਂ ਦੀ ਡੈਥ ਹੋ ਗਈ ਡੈਥ ਤੋਂ ਬਾਅਦ ਫਿਰ ਮੈਂ ਆਪਣੇ ਮੰਮਾ ਕੋਲ ਆ ਗਈ ਫਿਰ ਮੰਮਾ ਦੀ ਡੈਥ ਹੋ ਗਈ ਹੁਣ ਮੈਂ ਬਸ ਆਪਣੇ ਪਾਪਾ ਅਤੇ ਆਪਣੀ ਬੇਟੀ ਨਾਲ ਹੀ ਰਹਿ ਮੈਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਲਾਈਕ ਲਾਈਫ ਦੇ ਵਿੱਚ ਨੇ ਅਪਸ ਐਂਡ ਡਾਊਨਸ ਤੋਂ ਬਾਅਦ ਵੀ ਤੁਸੀਂ ਇੱਥੇ ਖੜੇ ਹੋ ਔਰ ਆਪਣੀ ਬੇਟੀ ਦੇ ਲਈ ਤੁਸੀਂ ਅੱਗੇ ਵੱਧ ਰਹੇ ਹੋ ਮੈਂ ਸਲਿਊਟ ਕਰਦੀ ਹਾਂ ਤੁਹਾਨੂੰ ਨਹੀਂ ਹੈਗੀ ਇਸ ਟਾਈਮ ਸਿਰਫ ਮੇਰੀ ਬੇਟੀ ਦੀ ਹੀ ਸਪੋਰਟ ਹੈ ਬਸ ਉਸ ਦੇ ਕਾਰਨ ਹੀ ਮੈਂ ਚਾਹੁੰਦੀ ਹਾਂ ਵੀ ਮੈਂ ਅੱਗੇ ਜਾਵਾਂ ਵੀ ਸਿਰਫ ਪੰਜਾਬ ਦਾ ਟਾਈਟਲ ਜਿੱਤ ਕੇ ਤੁਸੀਂ ਡੈਫੀਨੇਟਲੀ ਅੱਗੇ ਜਾਓਗੇ ਔਰ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਤੁਸੀਂ ਜੋ ਵੀ ਆਪਣੀ ਬੇਟੀ ਨੂੰ ਲਾਈਫ ਦੇਣਾ ਚਾਹੁੰਦੇ ਹੋ ਜਿੱਦਾਂ ਦੀ ਵੀ ਦੇਣਾ ਚਾਹੁੰਦੇ ਹੋ ਤੁਸੀਂ ਉਸਨੂੰ ਉਹ ਲਾਈਫ ਦੇ ਸਕੋ ਥੈਂਕ ਯੂ ਇੱਥੇ ਜੇ ਆਇਓ ਕਈ ਮੇਰੇ ਅਕੋਰਡਿੰਗ ਤੁਸੀਂ ਕਈ ਹੋਰ ਕੁੜੀਆਂ ਨੂੰ ਕਈ ਲੇਡੀਜ਼ ਨੂੰ ਮੋਟੀਵੇਟ ਕਰਕੇ ਜਾਓਗੇ ਸੋ ਸਾਰਿਆਂ ਨੂੰ ਕੁਛ ਨਾ ਕੁਛ ਤੁਸੀਂ ਸਿਖਾ ਕੇ ਜਾਓਗੇ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਹੁਣੇ ਤੋਂ ਹੀ ਸਿਖਾ ਤਾ ਸਾਨੂੰ ਬਹੁਤ ਕੁਛ ਕਿ ਲਾਈਫ ਦੇ ਵਿੱਚ ਤੁਹਾਨੂੰ ਜਿੰਨੀਆਂ ਵੀ ਮੁਸੀਬਤਾਂ ਆਉਣ ਦੁੱਖ ਦੇਖ ਕੇ ਆਪਣੀ ਲਾਈਫ 'ਚ ਰੱਬ ਕਿਸੇ ਨੂੰ ਨਾ ਦਿਖਾਵੇ ਅਤੇ ਮੈਂ ਚਾਹੁੰਦੀ ਹਾਂ ਮੈਂ ਜੋ ਦੁੱਖ ਮੈਂ ਦੇਖਿਆ ਮੈਂ ਆਪਣੀ ਬੇਟੀ ਨੂੰ ਕੋਈ ਦੁੱਖ ਨਾ ਦੇਖਣ ਦੇਵਾਂ ਉਹਦੇ ਲਈ ਮੈਂ ਸਭ ਕੁਛ ਕਰ ਦਿੱਤੀ ਉਹਦੇ ਲਈ ਮੈਂ ਹੀ ਫਾਦਰ ਹਾਂ ਅਤੇ ਮੈਂ ਹੀ ਮਦਰ ਇੱਕ ਰਿਸਪੈਕਟ ਹੈ ਇੰਨੀ ਵਧੀਆ ਸੋਚ ਲਈ ਸੋ ਇੱਕ ਵਾਰੀ ਤਾਂ ਇਹ ਸਹੀ ਕਿਹਾ ਕਿ ਜਿੱਦ ਹਾਰ 'ਚ ਕੁਛ ਨਹੀਂ ਹੁੰਦਾ ਹੈਗਾ ਜਿੱਦ ਹਾਰ ਤਾਂ ਹੁੰਦੀ ਰਹਿੰਦੀ ਹੈ ਤੁਸੀਂ ਹੁਣ ਅੱਜ ਇੱਥੇ ਹੀ ਖੜੇ ਹੋ ਤੁਸੀਂ ਇੱਥੇ ਖੜੇ ਖੜੀ ਸਾਨੂੰ ਸਾਰਿਆਂ ਨੂੰ ਇੰਨਾ ਮੋਟੀਵੇਟ ਕਰਤਾ ਹੈ ਅਤੇ ਇਟਸ ਰਾਈਟ ਨਾਓ ਯੂ ਆਰ ਅ ਵਿਨਰ ਫਾਰ ਮੀ ਐਂਡ ਵਨ ਥਿੰਗ ਮੋਰ ਇਹਨਾਂ ਨੇ ਕੋਈ ਪਹਿਲਾਂ ਨਹੀਂ ਦੱਸਿਆ ਲਾਈਕ ਕਈ ਵਾਰ ਸਿੰਪਥੀ ਗੇਨ ਕਰਨ ਲਈ ਬੰਦਾ ਕਹਿ ਦਿੰਦਾ ਉਹ ਚੀਜ਼ਾਂ ਸਮਿਤੀ ਮੈਮ ਨੇ ਪੁੱਛਿਆ ਇਹਨਾਂ ਨੇ ਤਾਂ ਸਾਰਾ ਕਲੈਰੀਫਾਈ ਕੀਤਾ ਬਟ ਸਟਿਲ ਮੇਰੇ ਵੱਲੋਂ ਬਹੁਤ ਰਿਸਪੈਕਟ ਤੁਹਾਡੇ ਲਈ ਜੋ ਸੋਚ ਤੁਹਾਡੀ ਸੋਚ ਕਹਿੰਦੇ ਲੋਕੀ ਕਹਿਣ ਬਲਾਵਾਂ ਹੁੰਦੀਆਂ ਲੋਕੀ ਕਹਿਣ ਬਲਾਵਾਂ ਹੁੰਦੀਆਂ ਧੀਆਂ ਤਾਂ ਕਵਿਤਾਵਾਂ ਹੁੰਦੀਆਂ ਧੀਆਂ ਤਾਂ ਕਵਿਤਾਵਾਂ ਹੁੰਦੀਆਂ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਥੋੜ੍ਹੀ ਜਿਹੀ ਹਟ ਕੇ ਵੀਰਾਂ ਨਾਲੋਂ ਗੱਲ ਹੁੰਦੀ ਹੈ ਪਰ ਇਹ ਹੁਣ ਅਸੀਂ ਦੇਖ ਵੀ ਲਿਆ ਨਾ ਕਿਤੇ ਨਾ ਕਿਤੇ ਕੁੜੀਆਂ ਨੂੰ ਦੁੱਖ ਵੀ ਹੁੰਦੇ ਨੇ ਇੱਕ ਘਰ ਛੱਡ ਕੇ ਦੂਜੇ ਘਰ ਜਾਂਦੀਆਂ ਨੇ ਐਡਜਸਟਮੈਂਟ ਮਤਲਬ ਇੱਕ ਕੁੜੀ ਨੂੰ ਕਿਹਾ ਜਾਂਦਾ ਕਿ ਜੀ ਐਡਜਸਟ ਕਰ ਜੇ ਪੇਕੇ ਜਾ ਕੇ ਵੀ ਕਹਿੰਦੀ ਹੈ ਕਿ ਮਾਂ ਇਹ ਪ੍ਰੋਬਲਮ ਆ ਪੁੱਤ ਥੋੜ੍ਹਾ ਜਿਹਾ ਤਾਂ ਐਡਜਸਟ ਕਰਨਾ ਪੈਂਦਾ ਬਾਬੁਲ ਨੂੰ ਕਹਿੰਦੀ ਆ ਕਿ ਪੁੱਤ ਥੋੜ੍ਹਾ ਜਿਹਾ ਤਾਂ ਐਡਜਸਟ ਕਰਨਾ ਪੈਂਦਾ ਮਤਲਬ ਮੁੰਡੇ ਨੂੰ ਸ਼ਾਇਦ ਇਹ ਸੁਣਨ ਨੂੰ ਮਿਲਦਾ ਹੋਵੇ ਪਰ ਕੁੜੀ ਨੂੰ ਜ਼ਿਆਦਾ ਮਿਲਦਾ ਕਿ ਪੁੱਤ ਥੋੜ੍ਹਾ ਜਿਹਾ ਐਡਜਸਟ ਕਰਨਾ ਪੈਂਦਾ ਹਨਾ ਤਾਂ ਵਾਕਈ ਕੁੜੀਆਂ ਬੜੀਆਂ ਚੰਗੀਆਂ ਹੁੰਦੀਆਂ ਨੇ ਪਰਮਾਤਮਾ ਸਾਰੀਆਂ ਧੀਆਂ ਨੂੰ ਬੜਾ ਖੁਸ਼ ਰੱਖੇ ਅਸੀਂ ਇਹੀ ਅਰਦਾਸ ਕਰਦੇ ਹਾਂ ਹਾਂਜੀ ਹੁਣ ਅਸੀਂ ਨੈਕਸਟ ਲੜਕੀ ਵੱਲ ਜਾਂਦੇ ਹਾਂ ਕਿਰਨਜੀਤ ਕੌਰ 1 2 3 ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਿਰਨਜੀਤ ਕੌਰ ਹੈ
ਤੇ ਮੈਂ ਇਸ ਟਾਈਮ ਵਰਕਿੰਗ ਆ ਲੁਧਿਆਣਾ 'ਚ ਹੀ ਅਤੇ ਬੇਸਿਕਲੀ ਮੇਰੇ ਲੋਸ ਬਲਾਚੌਰ ਤੋਂ ਆ ਅਤੇ ਪੇਰੈਂਟਸ ਮੇਰੇ ਰੋਪੜ ਐਂਡ ਆਈ ਐਮ ਗ੍ਰੈਜੂਏਟ ਐਂਡ ਵਰਕਿੰਗ ਇਨ ਇਮੀਗ੍ਰੇਸ਼ਨ ਕੰਪਨੀ ਐਜ਼ ਏ ਫਾਈਲਿੰਗ ਕੋਆਰਡੀਨੇਟਰ ਪਲੱਸ ਕਾਉਂਸਲਰ। ਮਤਲਬ ਤੁਸੀਂ ਫਾਈਲਾਂ ਲਵਾਉਂਦੇ ਹੋ ਜਿਹੜੇ ਬਾਹਰ ਜਾਂਦੇ ਨੇ, ਹੈ ਨਾ? ਅਤੇ ਅੱਛਾ, ਤੁਹਾਨੂੰ ਇੱਥੇ ਇਸੇ ਰਿਲੇਟਡ ਕੁਸ਼ਚਨ ਹੋ ਜਾ, ਲਾਈਕ ਤੁਹਾਡੇ ਕੋਲ ਬਹੁਤ ਸਾਰੇ ਮੁੰਡੇ ਆਉਂਦੇ ਨੇ, ਕੁੜੀਆਂ ਆਉਣਗੇ, ਅਸੀਂ ਬਾਹਰ ਜਾਣਾ, ਹੈ ਨਾ? ਵਾਟ ਯੂ ਥਿੰਕ ਅਬਾਊਟ ਦਿਸ ਕਿ ਡੋਂਟ ਯੂ ਥਿੰਕ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ, ਜੇ ਆਪਾਂ ਉਹੀ ਵਰਕ, ਜੇ ਆਪਾਂ ਬਾਹਰ ਜਾ ਕੇ, ਹੈ ਨਾ, ਕੂੜਾ ਚੱਕ ਲਈਏ, ਆਪਾਂ ਕੁਛ ਵੀ ਪੈਟਰੋਲ ਪੰਪ 'ਤੇ ਗੱਡੀ ਧੋਣ 'ਤੇ ਲੱਗਦੇ ਹਾਂ, ਹੈ ਨਾ, ਮਿਹਨਤ ਆਪਾਂ ਉੱਥੇ ਵੀ ਕਰਦੇ ਹਾਂ, ਇੰਡੀਆ ਦੇ ਵਿੱਚ ਵੀ ਜੇ ਆਪਾਂ ਉਸੇ ਮੈਂਟੈਲਿਟੀ ਰੱਖ ਕੇ ਜੇ ਆਪਾਂ ਕੰਮ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ? ਮਤਲਬ ਤੁਹਾਡਾ ਕੀ ਵਿਊ ਹੈ ਕਿ ਬਾਹਰ ਅਤੇ ਇੰਡੀਆ ਦੇ ਨਾਲੋਂ ਕੀ ਡਿਫਰੈਂਸ ਨੇ? ਸਰ, ਐਕਚੁਅਲੀ ਮੇਰੀ ਇਹ ਥਿੰਕਿੰਗ ਆ ਕਿ ਜੇ ਬੰਦਾ ਕਰਨ ਵਾਲਾ ਹੋਵੇ ਨਾ ਕੰਮ, ਤਾਂ ਉਹ ਇੰਡੀਆ 'ਚ ਲੈ ਕੇ ਵੀ ਕਰ ਲਏਗਾ। ਡਿਪੈਂਡ ਔਨ ਪਰਸਨ ਨਾ, ਕਿ ਅਗਰ ਉਹਨੇ ਮਿਹਨਤ ਕਰਨੀ ਉਹਨੇ ਇੰਡੀਆ 'ਚ ਵੀ ਕਰ ਲੈਣੀ ਹੈ, ਅਤੇ ਜਿਹਨੇ ਨਹੀਂ ਕਰਨਾ, ਜਿਹਨੇ ਐਸ਼ ਜ਼ਿੰਦਗੀ ਜੀਣੀ ਆ, ਉਹਨੇ ਬਾਹਰ ਰਹਿ ਕੇ ਵੀ ਇੱਦਾਂ ਹੀ ਘੁੰਮਣਾ। ਇਹ ਮੇਰੀ ਥਿੰਕਿੰਗ ਆ, ਕਿਉਂਕਿ ਮੇਰੇ ਹਸਬੈਂਡ ਆ ਉਹ ਬਹੁਤ ਸਪੋਰਟਿਵ ਆ ਅਤੇ ਮੈਂ ਬਹੁਤ ਪਿਆਰ ਕਰਦੀ ਹਾਂ ਉਹਨਾਂ ਨੂੰ ਪੁੱਛਿਆ ਸੀਗਾ ਤੇ ਉਹ ਮਤਲਬ ਉਹਨਾਂ ਨੇ ਕਿਹਾ ਕਿ ਦੇਖ ਲਾ ਤੇਰੀ ਮਰਜ਼ੀ ਆ ਜਿੱਦਾਂ ਵੀ ਆ। ਅਤੇ ਫਿਰ ਮੈਂ ਹੁਣ ਜਿੱਦਾਂ ਲਾਸਟ ਟਾਈਮ ਐਕਚੁਅਲੀ ਮੈਂ ਇੱਥੇ ਪੀਜੀ 'ਚ ਸਟੇਅ ਕਰ ਰਹੀ ਹਾਂ ਇਸ ਟਾਈਮ 'ਤੇ, ਅਤੇ ਮੈਂ ਆਪਣੇ ਹਸਬੈਂਡ ਨੂੰ ਪੁੱਛਿਆ ਕਿ ਲਾਇਕ ਜੇ ਮਤਲਬ ਮੈਨੂੰ ਮੌਕਾ ਮਿਲਦਾ ਹੈ ਕਿ ਤੁਸੀਂ ਮੈਨੂੰ ਅੱਗੇ ਜਾਣ ਦਿਓਗੇ ਕਦੇ, ਮਤਲਬ ਜੋ ਵੀ ਮੇਰਾ ਕਿਉਂਕਿ ਡ੍ਰੀਮ ਹੈ। ਮੈਂ ਪਲੱਸ ਟੂ ਸੀ ਜਦੋਂ ਮੈਂ ਮਿਸ ਪੰਜਾਬਨ 'ਚ ਆਪਣੀ ਫੋਟੋਗ੍ਰਾਫਸ ਭੇਜੀਆਂ ਸੀ ਅਤੇ ਮੈਂ ਸਿਲੈਕਸ਼ਨ ਵੀ ਹੋ ਗਈ ਸੀਗੀ, ਬਟ ਮੇਰੇ ਪਾਪਾ ਨੇ ਜਿੱਦਾਂ ਮੈਨੂੰ ਜਾਣ ਨਹੀਂ ਦਿੱਤਾ ਹੈਗਾ ਅੱਗੇ, ਅਤੇ ਉਹ ਕਹਿੰਦੇ ਕਿ ਨਹੀਂ ਮਤਲਬ ਸਾਰੇ ਰਿਸ਼ਤੇਦਾਰ ਕੀ ਕਹੋਗੇ ਐਂਡ ਆਲ, ਜੋ ਵੀ ਉਹਨਾਂ ਦੀ ਥਿੰਕਿੰਗ ਸੀਗੀ। ਬਟ ਮੈਂ ਆਪਣੇ ਹਸਬੈਂਡ ਨੂੰ ਰੀਲੀ ਥੈਂਕਫੁਲ ਬੰਦੇ ਬਾਹਰ ਭੇਜਦੇ, ਤੁਸੀਂ ਆਪ ਕਦੇ ਬਾਹਰ ਆਊਟ ਆਫ ਇੰਡੀਆ ਗਏ, ਕਿੱਥੇ ਗਏ? ਮੈਂ ਤਿੰਨ ਸਾਲ ਹੋ ਗਏ ਮੇਰੇ, ਮੈਂ 3 ਸਾਲ ਤੋਂ ਟਰਾਈ ਕਰ ਰਹੀ ਹਾਂ, ਮੇਰੇ ਪੈਰੈਂਟਸ ਕੋਲ ਵੀ ਆ, ਬਟ ਲਾਈਕ ਇੱਕ ਹੁੰਦੀ ਨਾ ਕਿ ਪੇਰੈਂਟਸ ਮਤਲਬ ਕਿ ਫੈਮਿਲੀ ਦੀ ਸਪੋਰਟ ਬਹੁਤ ਜ਼ਰੂਰੀ ਆ, ਉਹ ਸਾਡੇ ਪਿੱਛੇ ਨਹੀਂ ਹੈਗੀ ਇਸ ਟਾਈਮ 'ਤੇ। ਅਤੇ ਮੈਮ ਇਸ ਲਈ ਮੈਂ ਨਵਾਂਸ਼ਹਿਰ ਛੱਡ ਕੇ, ਬਲਾਚੌਰ ਛੱਡ ਕੇ ਇਸ ਟਾਈਮ ਵਰਕਿੰਗ ਆ ਲੁਧਿਆਣਾ 'ਚ, ਮੈਂ ਇੱਥੇ ਪੀ ਜੀ 'ਚ ਰਹਿ ਰਹੀ ਹਾਂ, ਵੀਕਐਂਡ 'ਤੇ ਘਰ ਜਾਂਦੀ ਹਾਂ ਹਫ਼ਤੇ ਬਾਅਦ। ਬਟ ਮੈਂ ਇਸ ਲਈ ਰਹਿ ਰਹੀ, ਮੈਂ ਚਾਹੁੰਦੀ ਕਿ ਮੈਨੂੰ ਕੁਝ ਸਿੱਖਣ ਨੂੰ ਮਿਲਿਆ, ਮੈਨੂੰ ਓਪਰਚੁਨਿਟੀ ਮਿਲੀ ਸਿੱਖਣ ਦੀ, ਇਸ ਲਈ ਮੈਂ ਲੁਧਿਆਣਾ ਆਈ ਹਾਂ, ਆਪਣੀ ਫੈਮਿਲੀ ਦੇ ਕੋਲ, ਆਪਣੇ ਹਸਬੈਂਡ ਤੋਂ ਦੂਰ ਰਹਿ ਰਹੀ ਹਾਂ, ਸਿਰਫ ਇਸ ਕਰਕੇ ਕਿ ਮੈਂ ਕੁਝ ਸਿੱਖ ਲਾਂ ਬਸ, ਔਰ ਕੁਛ ਨਹੀਂ ਹੈਗਾ। ਮਤਲਬ ਕਿੰਨਾ ਸੋਹਣਾ ਕਿਹਾ ਕਿ ਮੈਂ ਆਪਣੇ ਹਸਬੈਂਡ ਨੂੰ ਬਾਲਾ ਪਿਆਰ ਕਰਦੀ ਹਾਂ, ਉਸ ਤੋਂ ਵਧੀਆ ਤੁਸੀਂ ਜਿੱਦਾਂ ਪ੍ਰੋਨਾਂਸ ਕੀਤਾ ਤੁਸੀਂ ਬੋਲਿਆ, ਉਹ ਹੋਰ ਉਹ ਤਾਂ ਹੋਰ ਪਤਾ ਹੈ ਨਾ, ਫੀਲ ਆਉਂਦੀ ਹੈ, ਮੈਂ ਬਹੁਤ ਸੋਹਣਾ ਬੋਲਦੀ ਨੇ, ਇੱਕ ਵਾਰੀ ਮੈਮ ਲਈ ਜ਼ੋਰਦਾਰ ਤਾੜੀਆਂ ਲਾ ਦਿਓ। ਬਾਕੀ ਮੈਂ ਦੇਖ ਰਿਹਾ ਜਿੰਨੇ ਵੀ ਕੰਟੈਸਟੈਂਟਸ ਹੈਗੇ ਨੇ, ਜਦੋਂ ਵੀ ਆਉਂਦੇ ਨੇ, ਜਦੋਂ ਵੀ ਇਹਨਾਂ ਕੋਲ ਮਾਈਕ ਆਉਂਦਾ ਸਾਰੇ ਡਬਲ ਲੱਗ ਜਾਂਦੇ ਨੇ। ਨਹੀਂ, ਉਹਨਾਂ ਕੁੜੀ ਨੇ ਬੜਾ ਸੋਹਣਾ ਕਿਹਾ ਕਿ ਮਤਲਬ ਮੈਂ ਫੇਰ ਉਹੀ ਗੱਲ ਤੇ ਆਉਂਗੀ ਕਿ ਮੁੰਡੇ ਕਿਉਂ ਨਹੀਂ ਕਹਿੰਦੇ ਕਿ ਮੈਂ ਤਾਂ ਆਪਣੀ ਵਾਈਫ ਨੂੰ ਬਾਲ ਹੀ ਪਿਆਰ ਕਰਦਾ। ਹੁਣ ਦੇਖੋ ਮੈਂ ਤਰੀਫ ਦਾ ਕੰਮ ਕਰ ਰਿਹਾ, ਮੈਂ ਸਪੈਸ਼ਲ ਸ਼ੋਅ ਦੇ ਵਿੱਚ ਤੁਹਾਡੀ ਤਰੀਫ ਕੀਤੀ, ਮਤਲਬ ਤੁਸੀਂ ਬਹੁਤ ਵਧੀਆ ਬੋਲਿਆ ਜਿੰਨਾ ਵੀ ਤੁਸੀਂ, ਹੈ ਨਾ, ਸ਼ੋਅ ਸੰਭਾਲ ਲਿਆ, ਮਤਲਬ ਬਹੁਤ ਮਿੱਠੀ ਆਵਾਜ਼ ਆ ਤੁਹਾਡੀ। ਥੈਂਕ ਯੂ ਸੋ ਮਚ, ਥੈਂਕ ਯੂ। ਹਾਂਜੀ, ਸਾਡੀ ਨੈਕਸਟ ਲੜਕੀ ਹੈ ਹਰਮਿੰਦਰ ਕੌਰ, 1, 2, 4। ਸੋ ਮੇਰੇ ਸ਼ੌਂਕ ਨੇ ਗਿੱਧਾ, ਭੰਗੜਾ, ਸਿੰਗਿੰਗ ਐਂਡ ਪੇਂਟਿੰਗ।
ਸਤਿ ਸ਼੍ਰੀ ਅਕਾਲ ਜੀ ਤੁਸੀਂ ਇਨ-ਲਾਜ਼ ਤੁਹਾਡੇ ਲੁਧਿਆਣਾ ਵਿੱਚ ਹੀ ਨੇ ਅਤੇ ਪੇਕੇ ਕਿੱਥੇ ਨੇ ਲੁਧਿਆਣਾ ਵਿੱਚ ਹੀ ਨੇ ਫਿਰ ਵੀ ਮੈਂ ਤੁਹਾਡੇ ਮਤਲਬ ਤੁਸੀਂ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਬਟ ਮੈਂ ਤੁਹਾਡੇ ਅਕੋਰਡਿੰਗ ਮਤਲਬ ਵਿਊਜ਼ ਜਾਣਨਾ ਚਾਹੁੰਦੀ ਹਾਂ ਲਾਈਕ ਪਿੰਡਾਂ ਦੇ ਲੋਕਾਂ ਦੀ ਨੇਚਰ ਔਰ ਸ਼ਹਿਰਾਂ ਦੇ ਮਤਲਬ ਮਾਹੌਲ ਲਈ ਤੁਸੀਂ ਡਿਸਕਸ ਕਰ ਦਿਓ ਕਿ ਇੱਕ ਪਿੰਡ ਦੀ ਡੈਫੀਨੇਸ਼ਨ ਅਤੇ ਇੱਕ ਸ਼ਹਿਰ ਦੀ ਡੈਫੀਨੇਸ਼ਨ ਵਿੱਚ ਲੋਕ ਵੀ ਆ ਗਏ ਵਿੱਚ ਮਾਹੌਲ ਵੀ ਆ ਗਿਆ ਸਾਰਾ ਕੁਛ ਆ ਗਿਆ ਪਿੰਡ ਦਾ ਮਾਹੌਲ ਅਗਰ ਦੇਖੀਏ ਤਾਂ ਉੱਥੇ ਸ਼ਾਂਤੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਸ਼ਾਂਤ ਮਾਹੌਲ ਹੁੰਦਾ ਥੋੜ੍ਹਾ ਕਲਚਰਲ ਮੀਨਸ ਅਸੀਂ ਸਿੱਖ ਸਕਦੇ ਹਾਂ ਉੱਥੋਂ ਜੋ ਵੀ ਉਹ ਲੈਂਗੁਏਜ ਇੱਕ ਚੇਂਜ ਹੁੰਦੀ ਹੈ ਬਟ ਸ਼ਹਿਰ 'ਚ ਆ ਕੇ ਉਹ ਹੀ ਡਿਫਰੈਂਟ ਹੋ ਜਾਂਦਾ ਕਿ ਇੱਥੇ ਕਲਚਰ ਘੱਟ ਦੇਖਣ ਨੂੰ ਮਿਲੇਗਾ ਸਿਰਫ ਅਗਰ ਓਕੇਜਨਲੀ ਅਗਰ ਅਸੀਂ ਗੱਲ ਕਰੀਏ ਤਾਂ ਡਾਂਸ ਹੋ ਜਾਣਗੇ ਕੋਈ ਗੀਤ ਅਗਰ ਮੈਰਿਜ ਵਗੈਰਾ 'ਤੇ ਲੇਕਿਨ ਅਸੀਂ ਪਿੰਡ 'ਚ ਦੇਖੀਏ ਤਾਂ ਉੱਥੇ ਵੈਸੇ ਹੀ ਲੋਕ ਇਕੱਠੇ ਹੋ ਕੇ ਆਪਣਾ ਇੰਜੋਏ ਕਰਦੇ ਨੇ ਸੋ ਉਹ ਚੀਜ਼ ਮਿਸਿੰਗ ਹੈ ਸ਼ਹਿਰ 'ਚ ਸੋ ਵੇਅਰ ਮਿਸਿੰਗ ਹੈ ਤੁਹਾਡੇ ਵੱਲੋਂ ਲਾਈਕ ਸ਼ਹਿਰਾਂ ਦੇ ਵਿੱਚ ਇੱਦਾਂ ਦਾ ਕੀ ਕੀਤਾ ਜਾਣਾ ਚਾਹੀਦਾ ਕਿ ਲਾਈਕ ਸ਼ਹਿਰਾਂ ਦੇ ਵਿੱਚ ਵੀ ਆਪਣੀ ਪੰਜਾਬੀਅਤ ਨੂੰ ਮਤਲਬ ਪ੍ਰੋਪਰਲੀ ਜਿੱਦਾਂ ਪਿੰਡਾਂ ਵਿੱਚ ਮਤਲਬ ਆਪਾਂ ਨੂੰ ਦੇਖਣ ਨੂੰ ਮਿਲਦਾ ਮਾਹੌਲ ਹੈ ਨਾ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਿਆ ਜਾ ਰਿਹਾ ਅਤੇ ਇੱਦਾਂ ਦਾ ਸਾਨੂੰ ਆਪਣੇ ਵੱਲੋਂ ਕੀ ਕਰਨਾ ਚਾਹੀਦਾ ਕਿ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਕਿਤੇ ਨਾ ਕਿਤੇ ਆਪਣੀ ਪੰਜਾਬੀਅਤ ਕਿਉਂਕਿ ਜੇ ਆਉਣ ਵਾਲੇ ਟਾਈਮ ਤੱਕ ਇਸ ਤਰ੍ਹਾਂ ਹੀ ਰਹੇਗਾ ਤਾਂ ਕਿਤੇ ਨਾ ਕਿਤੇ ਅਸੀਂ ਆਪਣੀ ਪੰਜਾਬੀਅਤ ਤੋਂ ਦੂਰ ਹੋਣ ਦੇ ਚਾਂਸਿਸ ਨੇ ਪੂਰੇ ਅਤੇ ਇੱਦਾਂ ਦਾ ਕੀ ਕੀਤਾ ਜਾਣਾ ਚਾਹੀਦਾ ਕਿ ਸ਼ਹਿਰਾਂ ਦੇ ਵਿੱਚ ਵੀ ਲੋਕ ਪੰਜਾਬੀਅਤ ਨਾਲ ਜੁੜ ਸਕਣ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਵੇਂ ਮੈਂ ਇੱਕ ਟੀਚਰ ਹਾਂ ਸੋ ਮੈਂ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੀ ਹਾਂ ਕਿ ਥੋੜ੍ਹਾ ਟਾਈਮ ਆਪਣੇ ਗ੍ਰੈਂਡ ਪੇਰੈਂਟਸ ਨਾਲ ਬਿਤਾਓ ਕਿ ਜੋ ਉਹਨਾਂ ਦਾ ਟ੍ਰੈਡੀਸ਼ਨ ਹੈ ਤੁਸੀਂ ਉਹਨੂੰ ਅਸੈਪਟ ਕਰੋ ਕਿ ਹਾਂ ਇਹ ਸਾਡਾ ਕਲਚਰ ਹੈ ਸੋ ਨੈਕਸਟ ਅੱਗੇ ਤੁਸੀਂ ਕਿਸੇ ਨੂੰ ਦੇ ਸਕੋ ਸੋ ਸਾਨੂੰ ਹਰ ਇੱਕ ਨੂੰ ਥੋੜ੍ਹਾ ਥੋੜ੍ਹਾ ਟਾਈਮ ਨਿਕਾਲਣਾ ਚਾਹੀਦਾ ਹੈ ਕਿ ਅਸੀਂ ਇਸ ਚੀਜ਼ਾਂ ਨੂੰ ਸਿੱਖੀਏ ਆਪਣੀ ਪੂਰੀ ਫਸੀ ਹੋਈ ਜ਼ਿੰਦਗੀ 'ਚ ਕਹਿ ਲਓ ਕਿ ਬਹੁਤ ਬਿਜ਼ੀ ਸ਼ਡਿਊਲ 'ਚੋਂ ਥੋੜ੍ਹਾ ਟਾਈਮ ਨਿਕਾਲਣਾ ਚਾਹੀਦਾ ਹੈ ਕਿ ਅਸੀਂ ਇਸ ਚੀਜ਼ ਨੂੰ ਸਿੱਖੀਏ ਤੁਸੀਂ ਕਿੱਥੇ ਟੀਚ ਕਰਦੇ ਹੋ ਸੇਂਟ ਫਰਾਂਸਿਸ ਸਕੂਲ ਹੈ ਲੁਧਿਆਣਾ ਓਕੇ ਕਿਹੜਾ ਸਬਜੈਕਟ ਟੀਚ ਕਰਦੇ ਹੋ ਪੰਜਾਬੀ ਐਂਡ ਆਰਟ ਓਕੇ ਠੀਕ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਕੁਝ ਨਾ ਕੋਈ ਤੁਸੀਂ ਬੋਲੀ ਕੋਈ ਵੀ ਆਪਣੇ ਵੱਲੋਂ ਮਤਲਬ ਇੱਕ ਮਾਹੌਲ ਜਿਹਾ ਬਣਾ ਦਿਓ ਬਟ ਮੈਂ ਨਾਲ ਕਰਨਾ ਵੀ ਚਾਹਾਂਗੀ ਬਟ ਮਾਈਕ ਕੋਈ ਗੱਲ ਨਹੀਂ ਵੈਸੇ ਇਹ ਟੈਲੈਂਟ ਰਾਉਂਡ ਬਾਕੀ ਆ ਮਾਹੌਲ ਸ਼ਹਿਰ ਚ ਕਦੇ ਨੀ ਲਿਆ ਸਕਦੇ ਜੋ ਚੀਜ਼ ਪਿੰਡ ਚ ਉਹ ਉੱਥੇ ਮਿਲਣੀ ਬਰਸ ਆਪਾਂ ਜਿੰਨਾ ਕੁ ਵੀ ਆਪਣਾ ਕਲਚਰ ਫੋਲੋ ਕਰਕੇ ਸ਼ਹਿਰ ਦੇ ਵਿੱਚ ਲੈ ਕੇ ਆ ਸਕਦੇ ਹਾਂ ਹਨਾ ਤਾਂ ਉਹ ਬੈਸਟ ਚੀਜ਼ ਆ ਤੇ ਪਿੰਡਾਂ ਦੀ ਰੀਸ ਕਿਤੇ ਨੀ ਹੈਗੀ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਨਾ ਮੈਂ ਨਾ ਪੋਇੰਟ ਕਰਾਂ ਮੈਂ ਕੁੜੀਓ ਕਿ ਸਿਫਤ ਕਰਾਂ ਮੈਂ ਕੁੜੀਓ ਇਸ ਮੁਟਿਆਰ ਪੰਜਾਬਣ ਦੀ ਕੰਨਾਂ ਦੇ ਵਿੱਚ ਚੁੰਮਕੇ ਗਲ ਵਿੱਚ ਹਾਰ ਪੰਜਾਬਣ ਦੇ ਚਾਟੀ ਵਿੱਚ ਮਧਾਣੀ ਜਦ ਪ੍ਰਭਾਤੀ ਪਾਉਂਦੀ ਏ ਸਾਰੇ ਘਰ ਦੇ ਵਿੱਚੋਂ ਮਹਿਕ ਦੁੱਧ ਦੀ ਆਉਂਦੀ ਏ ਪਰ ਅੱਜ ਦੀ ਪੰਜਾਬਣ ਕਹਿੰਦੇ ਪਰ ਅੱਜ ਦੀ ਪੰਜਾਬਣ ਭੁੱਲੀ ਫਿਰੇ ਮਧਾਣੀ ਨੂੰ ਜ਼ਿਆਦਾ ਪਹਿਲੇ ਦਿੰਦੀ ਏ ਲਿਮਕੇ ਜਿਹੇ ਪਾਣੀ ਨੂੰ ਘੱਗਰੇ ਪਰਾਂਦੇ ਨੂੰ ਬੇਕਾਰ ਦੱਸਦੀ ਕਹਿੰਦੇ ਘੱਗਰੇ ਪਰਾਂਦੇ ਨੂੰ ਬੇਕਾਰ ਦੱਸਦੀ ਜੀ ਨੂੰ ਅਸਲੀ ਸ਼ਿੰਗਾਰ ਦੱਸਦੀ ਪਹਿਲਾਂ ਜਿਹੜੀ ਗਿੱਧਿਆਂ ਦੀ ਰਾਣੀ ਹੁੰਦੀ ਸੀ ਅੱਜ ਉਹ ਕਲੱਬਾਂ ਵਿੱਚ ਲਾਉਂਦੀ ਠੁੰਮਕੇ ਪਤਾ ਨੀ ਕਿਉਂ ਵਿਰਸੇ ਨੂੰ ਭੁੱਲ ਬੈਠੀ ਏ ਪੱਛਮੀ ਜੇ ਰੰਗ ਵਿੱਚ ਰੁਲ ਬੈਠੀ ਏ ਪੱਛਮੀ ਜੇ ਰੰਗ ਵਿੱਚ ਰੁਲ ਬੈਠੀ ਇਹ ਮੈਂ ਬਸ 5 ਮਿੰਟ ਦੇ ਵਿੱਚ ਐਵੇਂ ਬੈਠੇ ਬੈਠੇ ਲਿਖਤੀ ਸੀਗੀ ਪਰ ਮੈਨੂੰ ਬੜੀ ਅੱਛੀ ਲੱਗਦੀ ਹੈ
ਤੁਸੀਂ ਪਾਰਟਿਸਿਪੇਟ ਕਿਉਂ ਨਹੀਂ ਕੀਤਾ? ਕਿਉਂਕਿ ਮੈਂ ਮਿਸਿਸ ਨਹੀਂ ਇੱਕ ਕਮਰ ਵੀ ਨਹੀਂ ਜਾਣ ਕੇ ਪੁੱਛਣਾ ਸੀ ਤੁਹਾਨੂੰ ਕਿਸੇ ਵੀ ਸਾਲ ਹੋ ਆਹੀ ਪਤਾ ਕਰਾਉਣਾ ਸੀ ਆਹੀ ਪਤਾ ਕਰਾਉਣਾ ਮੂਵੀ ਦੇਖੀ ਤੁਸੀਂ ਪਿੰਨੂ ਢਿੱਲੋਂ ਕਹਿੰਦਾ ਦੇਖੀ ਕਿਤੇ ਕਰਵਾ ਚੌਥ ਦਾ ਬਰਤਨ ਹੀ ਰੱਖਦੀ ਕਹਿੰਦੀ